ਕਿਵੇਂ ਕੀ ਜ਼ਰੂਰਤ ਲੱਗੀ ਕਿ ਲੱਗਿਆ ਵੀ ਹੁਣ ਇਹ ਪੇਪਰ ਜੋ ਹੈ ਕੱਢਿਆ ਜਾਵੇ? ਪੇਪਰ ਦੀ ਤਾਂ ਜਿਹੜੀ ਪਹਿਲੀ ਲੋੜ ਸੀ ਸਿਰਫ ਇੰਨੀ ਕੁ ਸੀਗੀ ਕਿ ਉਦੋਂ ਸਟੇਜ ਦਾ ਸੰਚਾਲਨ ਬਹੁਤ ਮਾੜਾ ਸੀਗਾ ਅਤੇ ਲੋਕ ਟਰਾਲੀਆਂ 'ਚ ਬੈਠੇ ਰਹਿੰਦੇ ਸੀ। ਲੋਕ ਸਾਨੂੰ ਲੱਗਾ ਕਿ ਲੋਕਾਂ ਦੇ ਵਿੱਚ ਸੰਘਰਸ਼ ਪ੍ਰਤੀ ਕੋਈ ਉਦਾਸੀਨਤਾ ਨਾ ਆ ਜਾਵੇ, ਇੱਕ ਖੜੋਤ ਨਾ ਆ ਜਾਵੇ। ਇਸ ਲੀਡਰਸ਼ਿਪ ਤੋਂ ਤੁਸੀਂ ਆਸ ਰੱਖਦੇ ਹੋ ਕਿ ਸਟੇਟ ਦੇ ਨਾਲੋਂ ਦੇ ਬਿਊਰੋਕਰੇਟਸ ਨਾਲ ਗੱਲ ਕਰ ਰਹੇ ਹੋ ਕਿ ਜਿਨ੍ਹਾਂ ਨੇ ਅਖਬਾਰ ਦਾ ਇੱਕ ਦੋ ਕਾਲਮ ਦਾ ਇੱਕ ਆਰਟੀਕਲ ਨਹੀਂ ਪੜਿਆ? ਸੋ ਇੱਕ ਲੋਕ ਰੋਹ ਪੈਦਾ ਤਕਰੀਬਨ ਪਿਛਲੇ 5-6 ਸਾਲ ਤੋਂ ਬਹੁਤ ਜ਼ਿਆਦਾ ਹੋ ਚੁੱਕਾ ਸੀ, ਜਿਹੜਾ ਦੱਬਿਆ ਹੋਇਆ ਸੀ। ਕਿਸਾਨੀ ਦੇ ਮੁੱਦੇ ਤਾਂ ਇੱਕ ਮੌਕਾ ਮਿਲ ਗਿਆ ਨੌਜਵਾਨਾਂ ਨੂੰ ਆਪਣਾ ਉਹ ਰੋਹ ਕੱਢਣ ਦੇ ਵਾਸਤੇ। ਇਹ ਜਿਹੜੀ ਲੋਕ ਲਹਿਰ ਹੈ ਇਹ ਕੇਂਦਰ ਵੱਲੋਂ ਲੋਕਾਂ ਨਾਲ ਕੀਤੇ ਵਸਾਹਤਾਂ ਦੀ ਨੁਮਾਇੰਦਗੀ 'ਚੋਂ ਨਿਕਲੀ। ਜ਼ਰੂਰ ਤੁਸੀਂ ਜਿਹੜਾ ਅਖਬਾਰ ਵੀ ਕੱਢਿਆ, ਪਹਿਲਾਂ ਟਰਾਲੀ ਟਾਈਮਸ ਨੂੰ ਲੈ ਕੇ ਕੁਝ ਗੱਲਾਂ ਹੋਈਆਂ, ਫਿਰ ਤੁਸੀਂ ਕਿਸਾਨ ਟਰਾਲੀ ਟਾਈਮਸ ਨਾਮ ਨਾਲ ਹੁਣ ਜੋ ਤੁਸੀਂ ਆਪਣਾ ਅਖਬਾਰ ਵੀ ਚਲਾ ਰਹੇ ਹੋ, ਇਸ ਨੂੰ ਲੈ ਕੇ ਵੀ ਜ਼ਰੂਰ ਜਾਣਨਾ ਚਾਹਾਂਗੇ ਕਿ ਵੀ ਕਿਵੇਂ ਕੀ ਜ਼ਰੂਰਤ ਲੱਗੀ ਕਿ ਲੱਗਿਆ ਵੀ ਹੁਣ ਇਹ ਪੇਪਰ ਜੋ ਹੈ ਕੱਢਿਆ ਜਾਵੇ। ਐਕਚੁਲੀ ਪੇਪਰ ਦੀ ਤਾਂ ਜਿਹੜੀ ਪਹਿਲੀ ਲੋੜ ਸੀ ਸਿਰਫ ਇੰਨੀ ਕੁ ਸੀਗੀ ਕਿ ਉਦੋਂ ਸਟੇਜ ਦਾ ਸੰਚਾਲਨ ਬਹੁਤ ਮਾੜਾ ਸੀਗਾ ਅਤੇ ਲੋਕ ਟਰਾਲੀਆਂ 'ਚ ਬੈਠੇ ਰਹਿੰਦੇ ਸੀ। ਲੋਕ ਸਾਨੂੰ ਲੱਗਾ ਕਿ ਲੋਕਾਂ ਦੇ ਵਿੱਚ ਸੰਘਰਸ਼ ਪ੍ਰਤੀ ਕੋਈ ਉਦਾਸੀਨਤਾ ਨਾ ਆ ਜਾਵੇ, ਇੱਕ ਖੜੋਤ ਨਾ ਆ ਜਾਵੇ। ਤਾਂ ਕੁਦਰਤੀ ਅਸੀਂ ਗੁਰੂ ਤੇਗ ਬਹਾਦਰ ਮੈਮੋਰੀਅਲ ਦੇ 'ਚ ਬੈਠੇ ਸੀਗੇ ਅਤੇ ਮੇਰਾ ਇੱਕ ਕਾਮਨ ਫਰੈਂਡ, ਮੇਰਾ ਸਿੱਧਾ ਦੋਸਤ ਨਹੀਂ ਸੀ ਕੋਈ, ਸੁਰਮੀਤ ਮਾਵੀ ਜਿਹੜੇ ਫਿਲਮਾਂ ਦੇ ਸਕ੍ਰਿਪਟ ਰਾਈਟਰ ਵੀ ਨੇ, ਉਹ ਆ ਗਏ ਅਤੇ ਮੈਨੂੰ ਕਹਿੰਦੇ ਕਿ ਡਾਕਟਰ ਸਾਹਿਬ ਤੁਸੀਂ ਲੇਖਕ ਹੋ ਅਤੇ ਸਾਨੂੰ ਕੋਈ ਅਖਬਾਰ ਕੱਢ ਦੇਣੀ ਚਾਹੀਦੀ ਹੈ ਕਿ ਜਿਹੜੇ ਬਜ਼ੁਰਗ ਟਰਾਲੀਆਂ 'ਚ ਬੈਠੇ ਨੇ ਨਾ ਉਹਨਾਂ ਨੂੰ ਕੁਛ ਪੜ੍ਹ ਲਈ ਤਾਂ ਹੋਵੇ ਅਤੇ ਅਸੀਂ ਜਿਹੜੀ ਰੋਜ਼ ਜੋ ਮੰਚ ਸੰਚਾਲਨ ਦੇ ਜੋ ਆਊਗਾ ਲੋਕਾਂ ਤੱਕ ਗੱਲਾਂ ਪਹੁੰਚ ਜਾਣ ਵੀ ਕਿਸਾਨ ਲੀਡਰ ਕੀ ਕਰ ਰਹੇ ਨੇ, ਸਰਕਾਰ ਨਾਲ ਕਿਵੇਂ ਦੀ ਗੱਲਬਾਤ ਹੋ ਰਹੀ। ਚਲੋ ਮੈਂ ਕਿਹਾ ਚਲੋ ਠੀਕ ਹੈ। ਚਲੋ ਅਸੀਂ ਹਫ਼ਤਾ ਕੁ ਉਹਦੇ 'ਤੇ ਕੰਮ ਕੀਤਾ, ਉਹ ਟੀਮ ਹੋਰ ਸੀ ਵੱਡੀ, ਮੈਂ ਤਾਂ ਵਿੱਚ ਇਕੱਲਾ ਹੀ ਸੀਗਾ ਅਤੇ ਬਾਅਦ ਵਿੱਚ ਹੁਣ ਪਤਾ ਲੱਗਾ ਕਿ ਥੋੜ੍ਹੇ ਲੈਫਟਿਸਟ ਨੇ ਜੋ ਬਾਅਦ 'ਚ ਜਿਹੜੀਆਂ ਗੱਲਾਂ ਸਾਹਮਣੇ ਹੋਈਆਂ ਉਹ ਤਾਂ ਬਾਅਦ ਦੀਆਂ ਨੇ। ਖੈਰ ਅਤੇ ਚਲੋ ਉਹਦਾ ਇੱਕ ਅੰਕ ਕੱਢਿਆ ਅਤੇ ਉਹਦੇ ਅੰਕ ਦੇ ਉੱਪਰ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਮਹਿਸੂਸ ਹੋਈ ਲੀਡਰਸ਼ਿਪ ਤੋਂ, ਲੀਡਰਸ਼ਿਪ ਨੇ ਇੱਕ ਬੜਾ ਵੱਡਾ ਵਿਵਾਦ ਸ਼ੁਰੂ ਕਰ ਦਿੱਤਾ ਜੀ। ਉਸ ਅੰਕ ਦੇ ਵਿੱਚ ਡਾਕਟਰ ਉਦੋ ਕੇ ਨੇ ਪੰਜਾਬ ਦੇ ਪਾਣੀਆਂ ਦਾ ਮਸਲਾ ਕਿਉਂ ਛੇੜਿਆ, ਕਿਉਂਕਿ ਹਰਿਆਣਾ ਤਾਂ ਸਾਡੇ ਨਾਲ ਲੜ ਰਿਹਾ ਸੀ। ਅੱਛਾ ਜੀ, ਮੈਂ ਇੱਕ ਦਿਨ ਤਿੰਨ ਲੀਡਰਾਂ ਦੇ ਕੋਲ ਗਿਆ, ਮੈਂ ਕਿਹਾ ਇੱਕ ਨਾ ਮੈਂ ਥੋੜ੍ਹੀ ਬਦਤਮੀਜ਼ੀ ਵੀ ਕੀਤੀ, ਮੈਨੂੰ ਲੱਗਦਾ ਮੈਨੂੰ ਨਹੀਂ ਸੀ ਕਰਨੀ ਚਾਹੀਦੀ। ਚਲੋ ਖੈਰ ਕਈ ਵਾਰੀ ਗੁੱਸੇ 'ਚ ਹੋ ਜਾਂਦੀ। ਮੈਨੂੰ ਕਹਿੰਦਾ ਜੀ ਤੁਹਾਨੂੰ ਪਾਣੀਆਂ ਦਾ ਮਸਲਾ ਸੀ ਛੇੜਨਾ ਚਾਹੀਦਾ, ਹਰਿਆਣਾ ਸਾਡੇ ਨਾਲ। ਮੈਂ ਕਿਹਾ ਸੰਪਾਦਕੀ ਪੜ੍ਹੀ ਆ? ਨਹੀਂ। ਮੈਂ ਦੂਜੇ ਕੋਲ ਕਿਹਾ ਜੀ ਤੁਸੀਂ ਪਾਣੀਆਂ ਦਾ ਮਸਲਾ ਛੇੜ ਕੇ ਬੜੀ ਮਾੜੀ ਗੱਲ ਕੀਤੀ। ਮੈਂ ਕਿਹਾ ਸੰਪਾਦਕੀ ਪੜ੍ਹੀ? ਨਹੀਂ। ਜਦੋਂ ਚੌਵਾਂ ਨਾਲ ਮੈਂ ਗੱਲ ਕਰਦੀ ਨਾ, ਫਿਰ ਮੈਂ ਪੇਪਰ ਅੱਗੇ ਰੱਖਤਾ ਵੀ ਚੌਵਾਂ ਪੇਜਾਂ 'ਚ ਪਾਣੀ ਸ਼ਬਦ ਵਿਖਾ ਦਿਓ। ਯਾਰ ਸਾਨੂੰ ਤਾਂ ਕਿਸੇ ਨੇ ਕਿਹਾ ਸੀ, ਸਾਨੂੰ ਤਾਂ ਕਿਸੇ ਨੇ ਕਿਹਾ, ਇੰਨੀ ਘਟੀਆ ਤੁਹਾਡੀ ਮਾਨਸਿਕਤਾ ਕਿ ਤੁਸੀਂ ਪੇਪਰ ਪੜ੍ਹਿਆ ਹੀ ਨਹੀਂ ਅਤੇ ਮੈਨੂੰ ਦੋਸ਼ੀ ਠਹਿਰਾ ਦਿੱਤਾ। ਇਸ ਲੀਡਰਸ਼ਿਪ ਤੋਂ ਤੁਸੀਂ ਆਸ ਰੱਖਦੇ ਹੋ? ਪੇਪਰ ਕਿਸੇ ਨੇ ਨਹੀਂ ਪੜ੍ਹਿਆ, ਫਿਰ ਮੈਂ 7 ਨੂੰ ਮਿਲਿਆ, ਫਿਰ ਮੈਂ 8 ਨੂੰ ਮਿਲਿਆ ਕਿ ਤੁਸੀਂ ਪੜ੍ਹਿਆ ਹੈ? ਤੁਸੀਂ ਮੇਰੇ ਖਿਲਾਫ਼ ਇਹ ਤਾਂ ਕਹਿ ਦਿੱਤਾ ਵੀ ਉਹਦਾ ਉਹਨੇ ਲੀਡਰਸ਼ਿਪ ਦੇ ਉੱਪਰ ਜਾਂ ਦੂਜਿਆਂ ਦੇ ਉੱਪਰ ਜਿਹੜੇ ਨੇ ਸਵਾਲ ਚੁੱਕੇ ਨੇ ਜਾਂ ਪੰਜਾਬ ਅਤੇ ਹਰਿਆਣੇ ਦੇ ਨਾਲ ਸਾਡਾ ਵਿਵਾਦ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਦੇ 'ਚ ਤਾਂ ਹੈ ਹੀ ਕੋਈ, ਸਾਨੂੰ ਕਿਸੇ ਨੇ ਫੋਨ 'ਤੇ ਕਿਹਾ ਸੀ। ਇਸ ਲੀਡਰਸ਼ਿਪ ਤੋਂ ਤੁਸੀਂ ਆਸ ਰੱਖਦੇ ਹੋ ਕਿ ਸਟੇਟ ਦੇ ਨਾਲੋਂ ਦੇ ਬਿਊਰੋਕਰੇਟਸ ਨਾਲ ਗੱਲ ਕਰ ਰਹੇ ਕਿ ਜਿਨ੍ਹਾਂ ਨੇ ਅਖਬਾਰ ਦਾ ਇੱਕ ਦੋ ਕਾਲਮ ਦਾ ਇੱਕ ਆਰਟੀਕਲ ਨਹੀਂ ਪੜਿਆ ਅਤੇ ਬਿਨਾਂ ਮਤਲਬ ਤੋਂ ਦੋਸ਼ੀ ਠਹਿਰਾ ਤਾਂ? ਪਹਿਲਾਂ ਤਾਂ ਮੈਂ ਇਹਨਾਂ ਦੀ ਉਸ ਚੇਤਨ ਸੱਤਾ ਨੂੰ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਲੈਵਲ ਹੈ ਇਹਨਾਂ ਲੋਕਾਂ ਦਾ। ਦੂਜੀ ਗੱਲ ਉਹਦੇ ਵਿੱਚ ਮੈਂ ਇਹ ਗੱਲ ਕਹੀ ਕਿ ਜਿਹੜਾ ਸੰਘਰਸ਼ ਹੈ ਇਹਦੇ ਵਿੱਚ ਲੋਕ ਲਹਿਰ ਹੈ, ਇਹ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਤਕਰੀਬਨ ਉਹਦੇ 'ਚ ਸੋਸ਼ਲ ਮੀਡੀਆ ਦਾ ਵੀ ਤੁਹਾਡਾ ਚੈਨਲਾਂ ਦਾ ਜਿਹੜਾ ਅਲਟਰਨੇਟਿਵ ਮੀਡੀਆ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗੋਦੀ ਮੀਡੀਆ ਦੇ ਖਿਲਾਫ਼, ਉਹਦਾ ਇੱਕ ਬਹੁਤ ਵੱਡਾ ਰੋਲ ਆ ਕਿ ਜਿਹੜੀ ਵੀ ਗੱਲ ਸਟੇਟ ਸਪੋਂਸਰਡ ਮੀਡੀਆ ਕਰਦਾ ਸੀ ਤੁਸੀਂ ਉਹਦੇ ਖਿਲਾਫ਼ ਆਵਾਜ਼ ਚੁੱਕਦੇ ਸੀ ਅਤੇ ਨੌਜਵਾਨ ਹਰ ਵੇਲੇ 'ਤੇ ਜੁੜਿਆ ਮੋਬਾਈਲ ਦੇ ਨਾਲ, ਹੈ ਨਾ? ਤਾਂ ਉਹਦੇ ਨਾਲ ਇਹ ਕੀ ਹੋਇਆ ਕਿ ਨੌਜਵਾਨ ਨੂੰ ਸਰਕਾਰ ਦੇ ਵੱਲੋਂ ਕੀਤੇ ਜਾਂਦੇ ਵਿਤਕਰੇ ਦੀ ਹਰ ਗੱਲ ਜਿਹੜੀ ਆ ਉਹ ਪਹੁੰਚਦੀ ਸੀ ਅਤੇ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਭਾਵਨਾ ਪੈਦਾ ਹੋ ਰਹੀ ਸੀ ਕਿ ਜਿਹੜਾ ਬ੍ਰਹਮਨਿਸਟਿਕ ਨੈਸ਼ਨਲਿਜ਼ਮ ਦਾ ਢਾਂਚਾ ਸਿਰਜਿਆ ਜਾ ਰਿਹਾ, ਮੈਂ ਇਹਦੇ ਖਿਲਾਫ਼ ਲੜਨਾ। ਸੋ ਇੱਕ ਲੋਕ ਰੋਹ ਪੈਦਾ ਤਕਰੀਬਨ ਪਿਛਲੇ 5-6 ਸਾਲ ਤੋਂ ਬਹੁਤ ਜ਼ਿਆਦਾ ਹੋ ਚੁੱਕਾ ਸੀ, ਜਿਹੜਾ ਦੱਬਿਆ ਹੋਇਆ ਸੀ। ਕਿਸਾਨੀ ਦੇ ਮੁੱਦੇ ਤਾਂ ਇੱਕ ਮੌਕਾ ਮਿਲ ਗਿਆ ਨੌਜਵਾਨਾਂ ਨੂੰ ਆਪਣਾ ਉਹ ਰੋਹ ਕੱਢਣ ਦੇ ਵਾਸਤੇ। ਸੋ ਉਹਦੇ ਵਿੱਚ ਮੈਂ ਇਹੀ ਗੱਲ ਲਿਖ ਦਿੱਤੀ ਵੀ ਦਰਅਸਲ ਇਹ ਜਿਹੜੀ ਲੋਕ ਲਹਿਰ ਹੈ ਇਹ ਕੇਂਦਰ ਵੱਲੋਂ ਲੋਕਾਂ ਨਾਲ ਕੀਤੇ ਵਸਾਹਤਾਂ ਦੀ ਨੁਮਾਇੰਦਗੀ 'ਚੋਂ ਨਿਕਲੀ ਹੈ। ਲੋਕ ਨੁਮਾਇੰਦਗੀ ਕਰਨਾ ਚਾਹੁੰਦੇ ਨੇ ਵੀ ਸਾਡੇ ਨਾਲ ਕੇਂਦਰ ਨੇ ਵਸਾਹਤ ਕੀਤੇ ਨੇ ਅਤੇ ਅਸੀਂ ਉਹਦੇ ਖਿਲਾਫ਼ ਜਿਹੜਾ ਲੜਨਾ ਅਸੀਂ ਮਰਨ ਤੱਕ ਵੀ ਜਾਣਾ। ਵੀ ਇਹਦੇ ਵਿੱਚ ਜੇ ਕੋਈ ਆਗੂ ਕਹੇ ਕਿ ਮੇਰੇ ਇਕੱਲੇ ਦੀ ਆਵਾਜ਼ ਦੇ ਉੱਪਰ ਲੋਕ ਆ ਗਏ ਨੇ ਤਾਂ ਇਹ ਉਹਦੀ ਜਿਹੜੀ ਆ ਬੇਈਮਾਨੀ ਹੋਊਗੀ। ਸੋ ਉਹਨਾਂ ਨੂੰ ਉਹ ਗੱਲਾਂ ਵੀ ਬੁਰੀਆਂ ਲੱਗੀਆਂ। ਅੱਛਾ, ਉਹਨਾਂ ਨੇ ਕਹਿਤਾ, ਉਹਨਾਂ ਸਾਰੀ ਟੀਮ ਨੂੰ ਕਹਿਤਾ ਕਿ ਨਾ ਇਹ ਸੰਪਾਦਕੀ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਜਦੋਂ ਸੰਪਾਦਕੀ ਦੇ ਬਾਰੇ ਗੱਲ ਚੱਲੀ ਜਿਹੜੀ ਟੀਮ ਨਾਲ ਕੰਮ ਕਰ ਰਹੀ ਸੀ ਅਤੇ ਉਹਨਾਂ ਨੇ ਮੀਡੀਆ ਦੇ 'ਚ ਬਿਆਨ ਦਿੱਤੇ ਜੀ ਸੰਪਾਦਕੀ ਦੇ ਕੋਈ ਪ੍ਰੋਬਲਮ ਨਹੀਂ ਆ, ਸੰਪਾਦਕੀ ਲਿਖਣ ਵਾਲੀ ਸ਼ਖਸੀਅਤ ਨਾਲ ਪ੍ਰੋਬਲਮ ਹੈ,
ਸ਼ਖਸੀਅਤ ਨਾਲ ਕੀ ਪ੍ਰੋਬਲਮ ਆ ਜੀ, ਉਹਦੇ 'ਤੇ ਪੰਥਕ ਹੋਣ ਦਾ ਠੱਪਾ ਲੱਗਦਾ। ਅਗਲੇ ਦਿਨ ਸੋਸ਼ਲ ਮੀਡੀਆ 'ਚ ਮੇਰੀਆਂ ਫੋਟੋਆਂ ਜਿਹੜੀਆਂ ਉਹ ਛਪ ਜਾਂਦੀਆਂ ਨੇ, ਖਾਲਿਸਤਾਨੀ ਇਤਿਹਾਸ ਕਰ। ਚਲੋ ਮੈਨੂੰ ਵੀ ਕੋਈ ਇਤਰਾਜ਼ ਨਹੀਂ, ਮੈਂ ਕਈ ਵਾਰੀ ਖਾਲਿਸਤਾਨ ਦੀ ਗੱਲ ਕਰਦਾ ਆਪਣੇ ਲੈਕਚਰਾਂ ਦੇ ਵਿੱਚ, ਕਿਉਂਕਿ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਦਾਰੇ ਦੇ ਵਿੱਚ ਸਟੇਟ ਦੀ ਮੰਗ ਕਰਨੀ ਕੋਈ ਗੁਨਾਹ ਨਹੀਂ ਹੈਗਾ, ਬਸ਼ਰਤੇ ਉਹ ਵਾਇਲੈਂਸ ਦੇ ਉੱਪਰ ਆਧਾਰਿਤ ਨਾ ਹੋਵੇ, ਵੀ ਅਸੀਂ ਬੰਦੇ ਮਾਰਨ ਦੀ ਗੱਲ ਨਾ ਕਰੀਏ, ਅਸੀਂ ਹਥਿਆਰਵਾਦੀ ਸੰਘਰਸ਼ ਦੀ ਗੱਲ ਨਾ ਕਰੀਏ, ਤੁਸੀਂ ਰਾਜ ਦੀ ਗੱਲ ਕਰ ਸਕਦੇ ਹੋ, ਕੋਈ ਗੁਨਾਹ ਨਹੀਂ ਹੈ। ਵੀ ਮੈਨੂੰ ਜੇ ਮੈਨੂੰ ਕਹਿ ਦਿੱਤਾ ਗਾ ਖਾਲਿਸਤਾਨੀ ਇਤਿਹਾਸ ਕਰ, ਤਾਂ ਮੈਨੂੰ ਡਿਨਾਈ ਨਹੀਂ ਕਰਦਾ ਕਦੀ ਵੀ, ਉਹ ਗੱਲ ਇੱਕ ਵੱਖਰੀ ਹੈ। ਅੱਛਾ, ਉਹਦੇ ਤੋਂ ਬਾਅਦ ਫਿਰ ਕੀ ਹੋਇਆ ਜੀ, ਜਿਹੜੀ ਟੀਮ ਨੂੰ ਮੇਰੀ, ਜਿਹੜੀ ਟੀਮ ਇਹ ਕਹਿ ਰਹੀ ਹੈ ਕਿ ਇਹਦੀ ਲਿਖਤ 'ਚ ਕੋਈ ਪ੍ਰੋਬਲਮ ਨਹੀਂ ਹੈ, ਸ਼ਖਸੀਅਤ 'ਚ ਪ੍ਰੋਬਲਮ ਹੈ, ਉਹਨਾਂ ਨੂੰ ਮੇਰੇ ਹੱਕ 'ਚ ਖਲੋਣਾ ਚਾਹੀਦਾ ਸੀ, ਉਹ ਖਲੋਏ ਨਹੀਂ, ਬਲਕਿ ਜਿਹੜੇ ਗਰੁੱਪ 'ਚ ਸੀ ਮੈਨੂੰ ਉਹਦੇ 'ਚ ਨਾ ਰਿਮੂਵ ਕਰ ਦਿੱਤਾ ਗਿਆ। ਤਾਂ ਫਿਰ ਮੈਨੂੰ ਇਹ ਸੀਗਾ ਕਿ ਬਹੁਤ ਸਾਰਾ ਮੈਟਰ ਜਿਹੜਾ ਮੇਰੇ ਨਾਂ ਕਰਕੇ ਆ ਰਿਹਾ ਸੀਗਾ, ਵੀ ਡਾਕਟਰ ਉਦੋਂ ਕਿ ਸੰਪਾਦਕ ਆ, ਕਿਉਂਕਿ ਮੇਰਾ ਅਕਸਰ 24 ਸਾਲ ਦਾ ਕੰਮ ਆ ਸਿੱਖਾਂ ਦੇ ਵਾਸਤੇ, ਤਾਂ ਉਹ ਜਿਹੜਾ ਇਤਿਹਾਸ ਦਾ ਮੇਰਾ ਕੰਮ ਸੀ, ਨੌਜਵਾਨ ਜਾਂ ਵੀਰ ਭੈਣਾਂ ਮੈਨੂੰ ਰਚਨਾਵਾਂ ਭੇਜ ਰਹੇ ਸੀਗੇ, ਤਾਂ ਫਿਰ ਮੈਨੂੰ ਸੀਗਾ ਕਿ ਮੈਂ ਇਹਨਾਂ ਰਚਨਾਵਾਂ ਦਾ ਕੀ ਕਰਾਂ, ਕਿ ਮੇਰੀ ਤਾਂ ਈਮੇਲ ਰੋਜ਼ ਭਰ ਜਾਂਦੀ ਸੀ ਆਰਟੀਕਲਸ ਦੇ ਨਾਲ ਕਿਸਾਨੀ ਦੇ ਉੱਪਰ। ਫਿਰ ਮੈਂ ਜਸਪਾਲ ਸਿੰਘ ਹੀਰਾ ਨਾਲ ਗੱਲ ਕੀਤੀ ਪਹਿਰੇਦਾਰ ਵਾਲੇ, ਤਾਂ ਕਹਿੰਦੇ ਅਸੀਂ ਤੈਨੂੰ 2 ਪੇਜ ਜਿਹੜੇ ਨੇ ਉਹ ਸੈਂਟਰ 'ਤੇ ਦੇ ਦਿੰਦੇ ਹਾਂ। ਫਿਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੀ ਅਖਬਾਰ 'ਚ ਇੱਕ ਤਾਂ ਹੁਣ ਸਰਕੂਲੇਸ਼ਨ ਜ਼ਿਆਦਾ ਹੋ ਗਈ ਕਿ ਰੋਜ਼ ਇੱਥੇ 3000 ਜਿਹੜੀ ਅਖਬਾਰ ਆ ਜਾਂਦੀ ਹੈ, ਤਾਂ ਉਹਨਾਂ ਨੇ ਕੀ ਕੀਤਾ ਕਿ ਇਹਦੇ ਵਿੱਚ ਹੀ ਜਿਹੜੇ ਸੀਗੇ 4 ਪੇਜ ਸਾਨੂੰ ਉਹਨਾਂ ਨੇ ਦੇ ਦਿੱਤੇ ਟਰਾਲੀ ਟਾਈਮ ਦੇ, ਕਿਸਾਨ ਟਰਾਲੀ ਟਾਈਮ ਦੇ ਉੱਪਰ ਉਹਨਾਂ ਨੇ ਕਲਰਡ ਪੇਜ ਦਿੱਤੇ। ਸੋ ਇਹਦੇ ਵਿੱਚ ਜਿੰਨੀਆਂ ਵੀ ਹੁਣ ਕਿਸਾਨੀ ਦੀਆਂ ਗੱਲਾਂ ਹੁੰਦੀਆਂ ਨੇ ਉਹ ਅਸੀਂ ਸਾਰੀਆਂ ਜਿਹੜੀਆਂ ਉਹ ਕਰ ਦਿੰਦੇ ਹਾਂ। ਤਾਂ ਮਤਲਬ ਕਿ ਇਹਦੇ ਵਿੱਚ ਇਹ ਨਹੀਂ ਹੈ ਕਿ ਇਹ 'ਚ ਕੋਈ ਦੁਫੇੜ ਪਾਉਣ ਦੀ ਕੋਸ਼ਿਸ਼ ਕੀਤੀ ਆ, ਮਤਲਬ ਕਿ ਇਹ 'ਚ ਇਹ ਕਿ ਸਾਡੇ ਕੋਲ ਮੈਟਰ ਜਿਹੜਾ ਕਿਸਾਨ ਸੰਘਰਸ਼ ਦੇ ਬਾਰੇ ਹੈ, ਵੀ ਉਹਨੂੰ ਜਿਹੜਾ ਸਾਰਾ ਅਸੀਂ ਲੋਕਾਂ ਦੇ ਨਾਲ ਜਿਹੜਾ ਸਾਂਝਾ ਕਰਦੇ ਰਹੇ। ਜੀ ਬਿਲਕੁਲ, ਯਾਨੀ ਕਈ, ਕਿਉਂਕਿ ਵੈਸੇ ਆਪਾਂ ਦੇਖਦੇ ਹਾਂ ਨਾ ਕਿ ਘਰ ਪਰਿਵਾਰ ਵਿੱਚ ਵੀ ਕੋਈ ਵੈਸੇ ਫੰਕਸ਼ਨ ਹੋਵੇ, ਵਿਆਹ ਦਾ ਵੀ ਫੰਕਸ਼ਨ ਹੋਵੇ, ਸੁੱਖ ਦੁੱਖ ਹੋਵੇ, ਉੱਥੇ ਵੀ 4 ਰਿਸ਼ਤੇਦਾਰ ਇਕੱਠੇ ਹੋਣ ਤਾਂ ਕਈ ਤਰ੍ਹਾਂ ਦੇ ਜੋ ਹੈ ਗੱਲਾਂ ਹੋ ਜਾਂਦੀਆਂ, ਚੰਗੀਆਂ ਮਾੜੀਆਂ ਸਭ ਹੁੰਦੀਆਂ। ਸੋ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋ ਰਿਹਾ, ਜਨ ਅੰਦੋਲਨ ਦਾ ਰੂਪ ਹੈ, ਅਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਰਲ ਮਿਲ ਕੇ ਜੋ ਹੈ ਇਸ ਸੰਘਰਸ਼ ਨੂੰ ਜਿਵੇਂ ਹੁਣ ਤੱਕ ਸ਼ਕਤੀ ਦੇ ਨਾਲ, ਊਰਜਾ ਦੇ ਨਾਲ, ਐਨਰਜੀ ਦੇ ਨਾਲ, ਨੌਜਵਾਨਾਂ ਨਾਲ ਮਿਲ ਕੇ, ਬਜ਼ੁਰਗਾਂ ਨਾਲ ਮਿਲ ਕੇ, ਮਹਿਲਾਵਾਂ ਪਰਿਵਾਰਾਂ ਦੇ ਨਾਲ ਮਿਲ ਕੇ ਅੱਗੇ ਵਧਾਇਆ ਜਾ ਰਿਹਾ, ਇਸੀ ਤਰ੍ਹਾਂ ਅੱਗੇ ਵਧੇ ਔਰ ਜਿਸ ਗੱਲ ਨੂੰ ਲੈ ਕੇ, ਹੱਕਾਂ ਨੂੰ ਮਨਾਉਣ ਦੇ ਲਈ, ਨਾ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਲਈ ਜੋ ਮੰਗ ਰੱਖੀ ਜਾ ਰਹੀ, ਉਸਨੂੰ ਇਸੇ ਜ਼ੋਰ ਦੇ ਨਾਲ ਅੱਗੇ ਵਧਾਇਆ ਜਾਏ, ਨਾ ਕਿ ਆਪਸ ਵਿੱਚ ਉਲਝ ਕੇ ਇਸ ਨੂੰ ਦਿਸ਼ਾਹੀਣ ਕਰ ਦਿੱਤਾ ਜਾਏ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਆਪਣੇ ਅਹਿਮ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਤੇ ਤੁਸੀਂ ਬਣੇ ਰਹੋ ਜੀ ਨਿਰਪੱਖ ਪੋਸਟ ਦੇ ਨਾਲ, ਪਲ ਪਲ ਦੀ ਖਬਰ, ਹਰ ਅਪਡੇਟ, ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹਰ ਮੁੱਦਾ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਜੀ। ਫਿਲਹਾਲ ਦਿਓ ਜੀ ਇਜਾਜ਼ਤ, ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ 'ਤੇ, ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।